ਗੁਜਰਾਤ ਚੋਣ ਪ੍ਰਚਾਰ ਦੌਰਾਨ ਰਾਜਕੋਟ ਵਿਖੇ ਇਕੱਠ ਨੂੰ ਸੰਬੋਧਨ ਕਰਦਿਆਂ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਜੇਕਰ ਗੁਜਰਾਤ ਵਿਚ ਕਾਂਗਰਸ ਦੀ ਸਰਕਾਰ ਬਣਦੀ ਹੈ ਤਾਂ ਕਿਸਾਨਾਂ ਦਾ ਕਰਜ਼ਾ 10 ਦਿਨਾਂ ਵਿਚ ਮਾਫ਼ ਕਰ ਦਿੱਤਾ ਜਾਵੇ। ਟੀਬੀਪੀ ਦੇ ਸਿਪਾਹੀ ਸਤਨਾਮ ਸਿੰਘ ਦੇ ਅੰਨੇ ਕਤਲ ਦੀ ਗੁੱਥੀ ਦਾ ਪਰਦਾ ਚੁੱਕਦਿਆਂ ਪੁਲਿਸ ਨੇ ਉਸਦੇ ਮੰਗੇਤਰ ਤੇ ਦੋ ਹੋਰਾਂ ਨੂੰ ਗ੍ਰਿਫ਼ਤਾਰ ਕੀਤਾ ਏ। ਇਸਦਾ ਖੁਲਾਸਾ DIG ਲੁਧਿਆਣਾ ਗੁਰਸ਼ਰਨ ਸਿੰਘ ਤੇ SSP ਸੁਰਜੀਤ ਸਿੰਘ ਨੇ ਜਗਰਾਓਂ ਵਿਖੇ ਪੱਤਰਕਾਰ ਵਾਰਤਾ ਦੌਰਾਨ ਕੀਤਾ। ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਨੌਜਵਾਨਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਪ੍ਰਦਾਨ ਕਰਨ ਤੇ ਨਸ਼ਿਆਂ ਤੋਂ ਦੂਰ ਕਰਨ ਲਈ ਫਾਜ਼ਿਲਕਾ ਪੁਲਿਸ ਵੱਲੋਂ ਜੋ ਦੌੜਦਾ ਪੰਜਾਬ ਨਾਂ ਦੀ ਮੈਰਾਥਨ ਕਰਵਾਈ ਜਾ ਰਹੀ ਏ। ਉਸ ਵਿਚ ਪੁਲਿਸ ਅਧਿਕਾਰੀਆਂ ਤੋਂ ਇਲਾਵਾ ਹਾਸਰਸ ਕਲਾਕਾਰ ਗੁਰਪ੍ਰੀਤ ਘੁੱਗੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਣਗੇ। ਸੰਗਰੂਰ ਦੀ ਅਦਾਲਤ ਨੇ ਪਤੀ ਦਾ ਕਤਲ ਕਰਨ ਵਾਲੀ ਪਤਨੀ ਨੂੰ ਪ੍ਰੇਮੀ ਸਮੇਤ ਉਮਰ ਕੈਦ ਤੇ 20,000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਏ। ਮੁੱਦਈ ਪੱਖੀ ਦੇ ਵਕੀਲ ਨੇ ਦੱਸਿਆ ਕਿ ਹਰਪ੍ਰੀਤ ਕੌਰ ਨੇ ਆਪਣੇ ਪ੍ਰੇਮੀ ਨਿਸ਼ਾਨ ਸਿੰਘ ਨਾਲ ਮਿਲ ਕੇ ਜਨਵਰੀ 2015 ਨੂੰ ਪਿੰਡ ਭਰੂੜ ਵਿਖੇ ਆਪਣੇ ਪਤੀ ਦਾ ਕਰੰਟ ਲਗਾ ਕੇ ਕਤਲ ਕਰ ਦਿੱਤਾ ਸੀ। ਭਾਰਤੀ ਫੌਜ ਨੇ ਤਸਦੀਕ ਕੀਤਾ ਏ ਕਿ ਭਾਰਤ ਮਿਆਂਮਾਰ ਬਾਰਡਰ ਤੇ ਭਾਰਤੀ ਫੌਜ ਵੱਲੋਂ ਅੱਤਵਾਦੀਆਂ ਤੇ ਵੱਡਾ ਹਮਲਾ ਕੀਤਾ ਗਿਆ ਏ, ਜਿਸ ਵਿਚ NSCN ਦੇ ਅੱਤਵਾਦੀਆਂ ਨੂੰ ਵੱਡਾ ਨੁਕਸਾਨ ਪੁੱਜਾਏ। ਭਾਰਤੀ ਫੌਜ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਪੁੱਜਾ। ਇਸ ਸਬੰਧੀ ਭਾਰਤੀ ਫੌਜ ਦੀ ਪੂਰਬੀ ਕਮਾਨ ਨੇ ਜਾਣਕਾਰੀ ਦਿੱਤੀ ਏ। ਮੌਜੂਦਾ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਕੀਤੇ ਗਏ ਵਾਅਦੇ ਨੂੰ ਪੂਰਾ ਕਰਨ ਦੇ ਮਕਸਦ ਨਾਲ ਸਰਹੱਦੀ ਜ਼ਿਲ੍ਹਿਆਂ ਦੇ ਨਸ਼ਾ ਛੁਡਾਓ ਤੇ ਪੁਨਰਵਾਸ ਕੇਂਦਰਾਂ ਵਿਚ ਪੀੜਤ ਲੋਕਾਂ ਦੇ ਇਲਾਜ ਲਈ 240 ਦੇ ਕਰੀਬ ਮੈਡੀਕਲ ਅਧਿਕਾਰੀਆਂ ਤੇ ਹੋਰ ਸਟਾਫ ਨੂੰ ਸਿਖਲਾਈ ਦਿੱਤੀ ਗਈ ਏ। ਗੜਸ਼ੰਕਰ ਮੇਲੇ ਪਿੰਡ ਰਸੂਲਪੁਰ ਵਿਖੇ ਇੱਕ ਬੰਦ ਪਈ ਕੈਟਲ ਫੀਡ ਫੈਕਟਰੀ ਵਿਚ ਇੱਕ ਪ੍ਰੇਮੀ ਵੱਲੋਂ ਆਪਣੀ ਪ੍ਰੇਮਿਕਾ ਤੇ ਉਸ ਦੇ 12 ਸਾਲਾਂ ਲੜਕੇ ਦਾ ਤੇਜ਼ ਧਾਰ ਹਥਿਆਰਾਂ ਨਾਲ ਕਤਲ ਕਰਕੇ ਲਾਸ਼ਾਂ ਤੂੜੀ ਵਿਚ ਦੱਬਣ ਉਪਰੰਤ ਮੌਕੇ ਤੋਂ ਫਰਾਰ ਹੋਣ ਦੀ ਖ਼ਬਰ ਏ। BSF ਦੇ DIG RS ਕਟਾਰੀਆ ਨੇ ਕਿਹਾ ਕਿ BSF ਨੇ ਇਸ ਸਾਲ ਪੰਜਾਬ ਦੇ ਨਾਲ ਲੱਗਦੀ ਕੌਮਾਂਤਰੀ ਸਰਹੱਦ ਨੇੜਿਓਂ 158.74 ਕਿਲੋ ਹੈਰੋਇਨ ਬਰਾਮਦ ਕਰ 10 ਪਾਕਿਸਤਾਨੀ ਸਮੱਗਲਰਾਂ ਨੂੰ ਗ੍ਰਿਫ਼ਤਾਰ ਕੀਤਾ ਏ, ਜਿਨ੍ਹਾਂ ਤੋਂ 10 ਮੋਬਾਈਲ ਤੇ 25 ਸਿਮ ਕਾਰਡ ਬਰਾਮਦ ਕੀਤੇ ਗਏ ਨੇ। ਪੰਜਾਬ ਹਰਿਆਣਾ ਹਾਈਕੋਰਟ ਵੱਲੋਂ ਡੇਰਾ ਸਿਰਸਾ ਵਿਚੋਂ ਸ਼ੱਕੀ ਹਾਲਤ ਵਿਚ ਗੁੰਮ ਹੋਏ 2 ਦਰਜਨ ਲੋਕਾਂ ਦੇ ਮਾਮਲੇ ਦੀ ਜਾਂਚ ਵਿਸ਼ੇਸ਼ ਜਾਂਚ ਟੀਮ ਤੋਂ ਕਰਾਉਣ ਦੀ ਹਦਾਇਤ ਦਿੱਤੀ ਗਈ ਏ। ਇਸ ਬਾਰੇ ਲਾਇਜ਼ ਫਾਰ ਹਿਊਮਨ ਰਾਈਟਸ ਇੰਟਰਨੈਸ਼ਨਲ ਵੱਲੋਂ ਨਵਕਿਰਨ ਸਿੰਘ ਆਪਣੇ ਜ਼ਮਾਨੇ ਦੇ ਚੋਟੀ ਦੇ ਕ੍ਰਿਕਟ ਖਿਡਾਰੀ ਰਹੇ ਸੁਨੀਲ ਗਾਵਸਕਰ ਹੁਣ ਉਨ੍ਹਾਂ ਕ੍ਰਿਕਟਰਾਂ ਵਿਚ ਸ਼ੁਮਾਰ ਹੋ ਗਏ ਨੇ ਜਿਨ੍ਹਾਂ ਦੇ ਨਾਂ ਤੇ ਕ੍ਰਿਕਟ ਸਟੇਡੀਅਮ ਨੇ। ਇਸ ਕ੍ਰਿਕਟ ਸਟੇਡੀਅਮ ਦਾ ਉਹ ਖੁਦ ਉਦਘਾਟਨ ਕਰਨਗੇ। ਇਹ ਸਟੇਡੀਅਮ ਅਮਰੀਕਾ ਦੇ ਲੁਇਸਵਿਲ ਕੌਂਟੀ ਵਿਚ ਹੋਵੇਗਾ। ਅੰਗਰੇਜ਼ੀ ਅਖ਼ਬਾਰ ਨਾਲ ਗੱਲ ਕਰਦੇ ਹੋਏ ਗਾਵਸਕਰ ਨੇ ਖੁਸ਼ੀ ਪ੍ਰਗਟ ਕੀਤੀ ਕਿ ਇਹ ਬੜੇ ਸਨਮਾਨ ਦੀ ਗੱਲ ਏ ਕਿ ਉਨ੍ਹਾਂ ਦੇ ਨਾਂ ਅਜਿਹੇ ਸਥਾਨ ਤੇ ਕ੍ਰਿਕਟ ਸਟੇਡੀਅਮ ਹੋਵੇਗਾ ਜੋ ਉਸ ਦੇਸ਼ ਦੀ ਪ੍ਰਮੁੱਖ ਖੇਡ ਨਹੀਂ ਏ।